ਸੰਗਤ ਜੀ, ਆਓ ਅੱਜ ਆਪਾਂ ਜਾਣਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ। ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ 6 ਗੁਰੂ ਸਨ। ਆਪ ਜੀ ਦਾ ਜਨਮ ਗੁਰੂ ਕੀ ਵਡਾਲੀ ਵਿੱਚ 19 ਜੂਨ 1595 ਨੂੰ ਅੰਮ੍ਰਿਤਸਰ ਤੋਂ 7 ਕਿਲੋਮੀਟਰ ਪੱਛਮ ਵੱਲ ਇੱਕ ਪਿੰਡ ਵਿੱਚ ਜੰਮੇ ਸਿੱਖ ਗੁਰੂ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸਨ। ਆਪ 11 ਸਾਲ ਦੀ ਛੋਟੀ ਉਮਰ ਵਿੱਚ ਗੁਰੂ ਬਣੇ ਸਨ। ਜਦੋਂ ਬਾਬਾ ਬੁੱਢਾ ਜੀ ਦੁਆਰਾ ਰਸਮੀ ਸੰਸਕਾਰ ਕੀਤੇ ਜਾ ਰਹੇ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸੇਲੀ ਦੀ ਬਜਾਏ ਤਲਵਾਰ ਨਾਲ ਸ਼ਿੰਗਾਰਨ ਲਈ ਕਿਹਾ, ਜੋ ਪਹਿਲਾਂ ਗੁਰੂਆਂ ਦੁਆਰਾ ਵਰਤੀ ਜਾਂਦੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇੱਕ ਨਹੀਂ ਸਗੋਂ 2 ਤਲਵਾਰਾਂ ਰੱਖੀਆਂ, ਇੱਕ ਉਹਨਾਂ ਦੇ ਖੱਬੇ ਪਾਸੇ ਅਤੇ ਦੂਜਾ ਉਹਨਾਂ ਦੇ ਸੱਜੇ ਪਾਸੇ। ਉਹਨਾਂ ਨੇ ਇੱਕ ਨੂੰ ਮੀਰੀ ਦਾ ਨਾਮ ਦਿੱਤਾ, ਜੋ ਅਸਥਾਈ ਸ਼ਕਤੀ ਨੂੰ ਦਰਸਾਉਂਦੀ ਹੈ, ਅਤੇ ਦੂਜੀ ਪੀਰੀ, ਜੋ ਅਧਿਆਤਮਿਕ ਸ਼ਕਤੀ ਨੁਮਾਇੰਦਗੀ ਕਰਦੀ ਹੈ। ਇੱਕ ਦਾ ਨਾਮ ਜ਼ਾਲਮ ਨੂੰ ਮਾਰਨ ਲਈ ਅਤੇ ਦੂਜਾ ਨਿਰਦੋਸ਼ਾਂ ਦੀ ਰੱਖਿਆ ਲਈ। ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, ਗੁਰੂ ਘਰ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਸ਼ਕਤੀਆਂ ਦਾ ਸੁਮੇਲ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਫੌਜੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਸਿੱਖ ਭਾਈਚਾਰੇ ਦੀ ਰੱਖਿਆ ਲਈ, ਮੇਰੀ ਮਾਲਾ ਤਲਵਾਰ ਦੀ ਪੱਟੀ ਹੋਵੇਗੀ ਅਤੇ ਮੇਰੀ ਪੱਗ ਉੱਤੇ ਮੈਂ ਕਲਗੀ ਪਹਿਨਾਂਗਾ। ਕਲਗੀ ਉਹਨਾਂ ਦੀ ਪੱਗ ਦਾ ਗਹਿਣਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਉਹੀ ਪ੍ਰਕਾਸ਼ ਕੀਤਾ ਅਤੇ ਉਹਨਾਂ ਨੇ ਇਸ ਵਿੱਚ ਤਲਵਾਰ ਦੀ ਚਮਕ ਜੋੜ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਗਾਉਸ ਦੇ ਖੋਜੀ ਵੀ ਸਨ। ਜਦੋਂ ਇੱਕ ਦਿਨ ਇੱਕ ਮੋਰ ਨੂੰ ਗਾਉਂਦੇ ਹੋਏ ਦੇਖਿਆ ਤਾਂ ਗੁਰੂ ਜੀ ਨੇ ਮੋਰ ਦੀ ਆਵਾਜ਼ ਦੀ ਨਕਲ ਕਰਨ ਲਈ ਇੱਕ ਸਾਜ਼ ਬਣਾਉਣ ਦੀ ਇੱਛਾ ਕੀਤੀ। ਇਸ ਤਰ੍ਹਾਂ ਤਾਊਸ ਦੀ ਰਚਨਾ ਕੀਤੀ। ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਉਸਾਰੀ ਕੀਤੀ। ਅਕਾਲ ਤਖ਼ਤ ਅੱਜ ਖਾਲਸੇ ਸਿੱਖਾਂ ਦੀ ਸਮੂਹਿਕ ਸੰਸਥਾ ਦੀ ਧਰਤੀ ਦੇ ਅਧਿਕਾਰ ਦੀ ਸਭ ਤੋਂ ਉੱਚੀ ਸੀਟ ਨੂੰ ਦਰਸਾਉਂਦਾ ਹੈ। ਵਾਹਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।